ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਮੈਂ ਕਮਲਦੀਪ ਸਿੰਘ। 29 ਨਵੰਬਰ ਦਿਨ ਸ਼ੁੱਕਰਵਾਰ ਫਿਲਮ ਰਿਲੀਜ਼ ਹੋ ਚੁੱਕੀ ਹੈ ਜੀ ਗਿੱਦੜ ਸਿੰਘੀ। ਰਵਿੰਦਰ ਗਰੇਵਾਲ ਜੀ, ਜੋਰਡਨ ਸੰਧੂ, ਸਾਨਵੀ ਤਿਵਾਨ ਅਤੇ ਹੋਰ ਬਹੁਤ ਸਾਰੇ ਕਿਰਦਾਰ। ਫਿਲਮ ਤੋਂ ਬਹੁਤ ਉਮੀਦਾਂ ਕਿਉਂਕਿ ਫਿਲਮ ਦਾ ਨਾਂ ਹੈ ਗਿੱਦੜ ਸਿੰਘੀ। ਕਹਿੰਦੇ ਜੀ ਗਿੱਦੜ ਸਿੰਘੀ ਜਿਹਦੇ ਕੋਲ ਹੁੰਦੀ ਹੈ ਉਹਦੀ ਬਦਲ ਜਾਂਦੀ ਹੈ ਕਿਸਮਤ, ਉਹਦੇ ਖੁੱਲ੍ਹ ਜਾਂਦੇ ਆ ਭਾਗ। ਅਤੇ ਹੁਣ ਇਸ ਫਿਲਮ ਦਾ ਤਾਂ ਨਾਂ ਹੀ ਗਿੱਦੜ ਸਿੰਘੀ ਹੈ। ਹੁਣ ਦੇਖਦੇ ਹਾਂ ਇਹ ਫਿਲਮ ਕਿੱਦਾਂ ਦੀ ਲੱਗੀ ਆਡੀਅੰਸ ਨੂੰ, ਆਪਾਂ ਆਡੀਅੰਸ ਨਾਲ ਲੱਗਿਆ ਕਰਨ ਗੱਲਬਾਤ। ਕਿਉਂਕਿ ਆਪਾਂ ਪਹੁੰਚੇ ਹੋਏ ਇਸ ਟਾਈਮ VR ਪੰਜਾਬ ਮੌਲ ਮੋਹਾਲੀ ਵਿਖੇ, ਅਤੇ ਆਡੀਅੰਸ ਸ਼ੋਅ ਦੇਖ ਕੇ ਆ ਰਹੀ ਹੈ ਬਾਹਰ। ਆਪਾਂ ਆਡੀਅੰਸ ਦੇ ਲੈਣ ਚੱਲੇ ਹਾਂ ਰਿਵਿਊ। ਆਪਾਂ ਪੁੱਛਦੇ ਆਡੀਅੰਸ ਤੋਂ ਉਹਨਾਂ ਨੂੰ ਕਿੱਦਾਂ ਲੱਗੀ ਫਿਲਮ ਗਿੱਦੜ ਸਿੰਘੀ। ਕਿੱਦਾਂ ਲੱਗੇ ਗਿੱਦੜ ਸਿੰਘੀ? ਬਹੁਤ ਵਧੀਆ ਜੀ। ਕਿੱਦਾਂ ਲੱਗੇ ਤੁਹਾਨੂੰ? ਜੋਰਡਨ ਸੰਧੂ ਬਹੁਤ ਵਧੀਆ, ਬਹੁਤ ਵਧੀਆ। ਜੋਰਡਨ ਸੰਧੂ ਬਹੁਤ ਵਧੀਆ ਕਰਦਾ। ਕਿਵੇਂ ਲੱਗੀ ਗਿੱਦੜ ਸਿੰਘੀ? ਬਹੁਤ ਵਧੀਆ ਜੀ, ਮੇਰਾ ਵੀ ਰੋਲ ਸੀ ਫਿਲਮ ਦੇ ਵਿੱਚ। ਹਾਂ ਵਧੀਆ ਸੀ, ਮਜ਼ਾ ਆਇਆ ਹੋਣਾ ਫਿਰ ਤਾਂ ਪੂਰਾ। ਤੁਹਾਨੂੰ ਕਿੱਦਾਂ ਲੱਗੀ ਹੋਈ ਜੀ ਫਿਲਮ? ਬਹੁਤ ਵਧੀਆ, ਐਨ ਟੌਪ ਦੀ ਫਿਲਮ ਹੈ ਜੀ। ਕਿੱਦਾਂ ਲੱਗੀ ਜੀ ਗਿੱਦੜ ਸਿੰਘੀ? ਬਹੁਤ ਵਧੀਆ ਪਿਕਚਰ ਜੀ, ਬਹੁਤ ਵਧੀਆ ਟਾਈਮ ਪਾਸ। ਇਹ ਤੁਸੀਂ ਪਹਿਲਾਂ ਗਿੱਦੜ ਸਿੰਘੀ ਦੇਖੀ ਹੋਈ ਸੀਗੀ? ਨਹੀਂ ਜੀ। ਹੁਣ ਪਤਾ ਲੱਗ ਗਿਆ ਗਿੱਦੜ ਸਿੰਘੀ? ਹਾਂਜੀ। ਕਿੱਦਾਂ ਲੱਗੀ ਗਿੱਦੜ ਸਿੰਘੀ? ਵਧੀਆ ਯਾਰ, ਵਧੀਆ ਲੱਗੀ। ਹਾਂ ਹਾਂ। ਕਿੰਨੇ ਨੰਬਰ ਪੰਜਾਂ ਚੋਂ ਸਟਾਰ? ਕਿੰਨੇ? 4। ਪੰਜਾਂ 4। ਜੋਰਡਨ ਸੰਧੂ ਭਾਈ ਐਕਟਿੰਗ ਵਧੀਆ ਯਾਰ। ਰਵਿੰਦਰ ਗਰੇਵਾਲ ਜੀ ਵਧੀਆ ਜੀ, ਮਤਲਬ ਮਜ਼ਾ ਆ ਗਿਆ ਪੂਰਾ। ਕਿੱਦਾਂ ਲੱਗੀ ਫਿਲਮ ਗਿੱਦੜ ਸਿੰਘੀ? ਹਾਂਜੀ ਹਾਂਜੀ, ਹਾਂ ਠੀਕ ਸੀ ਜੀ, ਮਜ਼ਾ। ਹਾਂ ਠੀਕ ਸੀ। ਇਹ ਤੁਸੀਂ ਗਿੱਦੜ ਸਿੰਘੀ ਪਹਿਲਾਂ ਦੇਖੀ ਹੋਈ ਸੀ? ਨਹੀਂ ਨਹੀਂ ਨਹੀਂ, ਅੱਜ ਹੀ ਦੇਖੀ। ਨਹੀਂ ਨਹੀਂ, ਅੱਜ ਹੀ ਦੇਖੀ। ਤੇ ਫਿਲਮ ਕੀ ਸਿਖਾਉਂਦੀ ਆ ਫਿਰ? ਬਸ ਕਿਸਮਤ ਵਗੈਰਾ 'ਚ ਬਿਲੀਵ ਕਰਨਾ ਇਹਦੇ ਵਿਖਾਇਆ ਗਿਆ। ਮੇਨ ਤਾਂ ਮੇਨ ਥੀਮ ਜਿਹੜਾ ਸੀ ਜਿਵੇਂ ਗਿੱਦੜ ਸਿੰਘੀ 'ਤੇ ਸੀ, ਲੈ ਵੀ ਕੋਈ ਚੀਜ਼ ਘਰੇ ਹੁੰਦੀ ਸ਼ਗਨ ਵਾਲੀ, ਤਾਂ ਉਹਦੇ ਕਰਕੇ ਵਿਖਾਇਆ ਗਿਆ ਸਰ। ਠੀਕ ਸੀ, ਮਜ਼ਾ ਆਇਆ। ਹਾਂ ਠੀਕ। ਸਭ ਤੋਂ ਵਧੀਆ ਜੀ ਐਕਟਿੰਗ ਦੀ ਗੱਲ ਕਰੀਏ ਕਿ ਰਵਿੰਦਰ ਗਰੇਵਾਲ? ਹਾਂ, ਸਾਰਿਆਂ ਦੀ ਠੀਕ ਸੀ ਆਲਮੋਸਟ, ਸਭ ਦੀ ਵਧੀਆ ਐਕਟਿੰਗ। ਥੈਂਕ ਯੂ ਸੋ ਮਚ। ਥੈਂਕ ਯੂ। ਕਿੱਦਾਂ ਲੱਗੀ ਫਿਲਮ? ਅੱਛੀ ਸੀ। ਧੰਨਵਾਦ ਜੀ। ਹਾਂਜੀ ਸਹੀ ਸੀ। ਜੋਰਡਨ ਸੰਧੂ ਦੀ ਐਕਟਿੰਗ? ਐਕਟਿੰਗ ਤਾਂ ਠੀਕ ਸੀ। ਸਭ ਤੋਂ ਵਧੀਆ ਐਕਟਿੰਗ ਜੇ ਪਕੜਨੀ ਹੋਵੇ ਕਿ ਸਭ ਤੋਂ ਵਧੀਆ ਐਕਟਿੰਗ ਇਹਦੀ ਲੱਗੀ? ਜੋਰਡਨ ਸੰਧੂ ਦੀ। ਇਹ ਸੀਗਾ ਜੀ ਆਡੀਅੰਸ ਰਿਵਿਊ ਗਿੱਦੜ ਸਿੰਘੀ ਮੂਵੀ ਦਾ। ਤੁਸੀਂ ਸੁਣਿਆ ਆਡੀਅੰਸ ਨੇ ਕੀ ਕਿਹਾ ਇਸ ਫਿਲਮ ਬਾਰੇ। ਜੋਰਡਨ ਸੰਧੂ ਵੀਰੇ ਦੀ ਐਕਟਿੰਗ ਸਾਰਿਆਂ ਨੂੰ ਬਹੁਤ ਪਸੰਦ ਲੱਗੀ। ਅਤੇ ਜੇ ਗੱਲ ਕਰੀਏ ਫਿਲਮ ਦੀ ਕਹਾਣੀ, ਅਤੇ ਜਿਵੇਂ ਆਡੀਅੰਸ ਨੇ ਦੱਸਿਆ ਕਿ ਇਹ ਫਿਲਮ ਸਾਨੂੰ ਸਿਖਾਉਂਦੀ ਆ ਕਿ ਜ਼ਿੰਦਗੀ ਦੇ ਵਿੱਚ ਕੋਈ ਸ਼ਾਰਟਕੱਟ ਨਹੀਂ ਹੁੰਦਾ, ਕੋਈ ਵੀ ਗੁੱਡ ਜਾਂ ਬੈਡ ਲੱਕ ਨਹੀਂ ਹੁੰਦਾ, ਜੋ ਕੁਛ ਵੀ ਹੁੰਦੀ ਬੰਦੇ ਦੀ ਆਪਣੀ ਮਿਹਨਤ ਹੁੰਦੀ ਆ। ਇਸ ਕਰਕੇ ਆਪਾਂ ਨੂੰ ਕਿਸੇ ਚੀਜ਼ ਦੇ ਉੱਪਰ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ, ਆਪਣੀ ਜ਼ਿੰਦਗੀ ਦੇ ਵਿੱਚ ਖੁਦ ਮਿਹਨਤ ਕਰਕੇ ਅੱਗੇ ਆਉਣਾ ਚਾਹੀਦਾ, ਅਤੇ ਮਿਹਨਤ ਹੀ ਕਰਨੀ ਚਾਹੀਦੀ ਆ। ਦੁਬਾਰਾ ਫਿਰ ਕਹਿੰਦੇ ਅਸੀਂ ਕਿ ਜ਼ਿੰਦਗੀ ਦੇ ਵਿੱਚ ਕੋਈ ਵੀ ਸ਼ਾਰਟਕੱਟ ਨਹੀਂ ਆ। ਇਹ ਸਿਖਾਉਂਦੀ ਆ ਸਾਨੂੰ ਮੂਵੀ ਗਿੱਦੜ ਸਿੰਘੀ। ਅਸੀਂ ਇਸ ਫਿਲਮ ਨੂੰ ਦਿੰਦੇ ਹਾਂ 5 ਵਿੱਚੋਂ 3.5 ਸਟਾਰ। ਤੁਸੀਂ ਆਪਣੀ ਫੈਮਿਲੀ ਨਾਲ ਇਸ ਫਿਲਮ ਨੂੰ ਜ਼ਰੂਰ ਦੇਖਣ ਜਾਓ। ਜੂਸ ਤਾਂ ਇਸ ਫਿਲਮ ਨੂੰ ਜ਼ਰੂਰ ਦੇਖਣ ਜਾਵੇ ਜਿਹੜੇ ਲਾਈਫ ਦੇ ਵਿੱਚ ਕੁਛ ਅਚੀਵ ਕਰਨਾ ਚਾਹੁੰਦੇ ਆ, ਜਿਹਨਾਂ ਦੇ ਗੋਲਸ ਪੂਰੇ ਨਹੀਂ ਹੁੰਦੇ, ਉਹ ਫਿਰ ਰਾਹ ਤੋਂ ਭਟਕ ਜਾਂਦੇ ਆ। ਇਹ ਫਿਲਮ ਸਾਨੂੰ ਸਹੀ ਰਾਹ 'ਤੇ ਤੁਰਨਾ ਸਿਖਾਉਂਦੀ ਆ। ਜ਼ਰੂਰ ਜਾਓ ਇਸ ਫਿਲਮ ਨੂੰ ਦੇਖਣ। ਜੋਰਡਨ ਸੰਧੂ, ਰਵਿੰਦਰ ਗਰੇਵਾਲ, ਸਾਨਵੀ ਤਿਵਾਨ ਜੀ ਅਤੇ ਹੋਰ ਸਾਰੇ ਕਲਾਕਾਰਾਂ ਨੇ ਕੰਮ ਬਹੁਤ ਖੂਬੀ ਕੀਤਾ ਆ। ਮਿਊਜ਼ਿਕ ਬਹੁਤ ਸੋਹਣਾ, ਐਵੇਂ ਬਿਨਾਂ ਮਤਲਬ ਤੋਂ ਗਾਣੇ ਨਹੀਂ ਪਾਏ। ਜਿੱਥੇ ਸ਼ੂਟ ਕਰਦੇ ਸੀ ਉੱਥੇ ਹੀ ਮਿਊਜ਼ਿਕ ਦਿੱਤਾ ਗਿਆ। ਬੈਕਗਰਾਊਂਡ ਮਿਊਜ਼ਿਕ ਵੀ ਬਹੁਤ ਸੋਹਣਾ ਇਸ ਫਿਲਮ ਦਾ। ਤੁਸੀਂ ਦੇਖੋ ਇਸ ਫਿਲਮ ਨੂੰ, ਤਾਂ ਸਾਨੂੰ ਕਮੈਂਟਸ ਕਰਕੇ ਜ਼ਰੂਰ ਦੱਸਣਾ ਕਿੱਦਾਂ ਲੱਗੀ ਤੁਹਾਨੂੰ ਗਿੱਦੜ ਸਿੰਘੀ। ਦੇਖਦੇ ਰਹੋ ਪੰਜਾਬੀ ਟੇਸ਼ਨ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।